ਪੰਜਾਬ ਦੇ ਵਿੱਚ ਰੁੱਖ ਬਹੁਤ ਘੱਟ ਗਏ ਹੈ, ਤਕਰੀਬਨ 2-3% ਜਿਹੜੇ ਰੁੱਖ ਹੈ, ਜਿਹੜੀ ਧਰਤੀ ਹੈ ਢਕੀ ਹੋਈ ਹੈ ਰੁੱਖਾਂ ਦੇ ਨਾਲ, ਜਦੋਂ ਕਿ ਬੈਲੈਂਸ ਰੱਖਣ ਵਾਸਤੇ 66% ਰੁੱਖ ਪਹਾੜਾਂ 'ਤੇ ਅਤੇ 33% ਮੈਦਾਨਾਂ ਦੇ ਵਿੱਚ ਚਾਹੀਦੇ ਹੈ। ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਦੇ ਵਿੱਚ 4-5% ਬੜੀ ਮੁਸ਼ਕਿਲ ਨਾਲ ਰੁੱਖ ਨੇ, ਇਦੋਂ ਘੱਟ ਕਹੇ ਜਾ ਸਕਦੇ, ਜ਼ਿਆਦਾ ਨਹੀਂ ਹੈਗੇ। ਰੁੱਖਾਂ ਦੀ ਮਹੱਤਤਾ ਬਾਰੇ ਸਾਰੇ ਜਾਣਦੇ ਨੇ ਕਿ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੇ ਆ, ਜਿੱਥੇ ਹਵਾ ਸਾਫ਼ ਕਰਦੇ, ਜਿੱਥੇ ਆਕਸੀਜਨ ਦਿੰਦੇ ਆ ਉੱਥੇ ਕਾਰਬਨ ਡਾਈਆਕਸਾਈਡ ਵੀ ਆਪਣੇ ਵਿੱਚ ਅਬਜ਼ਰਬ ਕਰਦੇ ਆ ਅਤੇ ਹੋਰ ਗੰਦੀਆਂ ਕਈ ਗੈਸਾਂ ਵੀ ਆਪਣੇ ਵਿੱਚ ਲੈ ਜਾਂਦੇ ਆ। ਅਤੇ ਜਿਸ ਤਰ੍ਹਾਂ ਧਰਤੀ ਘਟਦੀ ਜਾ ਰਹੀ ਹੈ, ਕਾਲੋਨੀਆਂ ਬਣਦੀਆਂ ਜਾ ਰਹੀਆਂ ਨੇ, ਧਰਤੀ ਦੀ ਲਿਮਿਟ ਤਾਂ ਓਨੀਆਂ ਹੀ ਰਹਿਣੀ ਹੈ, ਅਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਰੁੱਖਾਂ ਦੀ ਖੇਤੀ ਕਰਕੇ ਅਤੇ ਆਪਣਾ ਜੀਵਨ ਬਤੀਤ ਕਰਨਾ ਪਵੇ। ਰੁੱਖ ਸਾਨੂੰ ਬਹੁਤ ਸਾਰੇ ਖੁਰਾਕ ਦਿੰਦੇ ਆ, ਨਟਸ ਦਿੰਦੇ ਆ, ਫਾਈਬਰ ਦਿੰਦੇ ਆ, ਕੱਪੜਾ ਅਸੀਂ ਪਾਉਂਦੇ ਹਾਂ ਤਾਂ ਰੁੱਖਾਂ ਕਰਕੇ ਪਾਉਂਦੇ ਹਾਂ। ਇਹ ਜਿਹੜੇ ਇਹਨਾਂ ਦੇ ਫਾਇਦੇ ਨੇ, ਰੁੱਖਾਂ ਦੇ ਅਣਗਿਣਤ ਫਾਇਦੇ ਨੇ, ਇਹਦੇ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ। ਹਵਾ ਬਿਨਾਂ ਸਾਡਾ ਜੀਵਨ ਸੰਭਵ ਨਹੀਂ, ਅਤੇ ਹਵਾ ਨੂੰ ਸਾਫ਼ ਕਰਨ ਵਾਸਤੇ ਅਸੀਂ ਫੈਕਟਰੀਆਂ ਨਹੀਂ ਲਗਾ ਸਕਦੇ, ਆਕਸੀਜਨ ਦੀਆਂ ਇਹ ਰੁੱਖ ਹੀ ਸਾਨੂੰ ਦਿੰਦੇ ਆ। ਇਸ ਕਰਕੇ ਪਿੰਗਲਾ ਸੰਸਥਾ ਨੇ ਇਹ ਜਿਹੜਾ ਕਾਰਜ ਆਰੰਭਿਆ, ਰੁੱਖਾਂ ਜਿਹੜੀਆਂ ਖਾਲੀ ਥਾਵਾਂ 'ਤੇ ਰੁੱਖ ਲਾਉਣ ਦਾ, ਗੁਰਦੁਆਰਿਆਂ ਵਿੱਚ, ਸਕੂਲਾਂ ਵਿੱਚ, ਜਾਂ ਮੰਦਰਾਂ ਦੇ ਵਿੱਚ, ਜਾਂ ਕ੍ਰੀਮੇਸ਼ਨ ਗਰਾਊਂਡ ਦੇ ਵਿੱਚ, ਸ਼ਮਸ਼ਾਨ ਭੂਮੀਆਂ ਦੇ ਵਿੱਚ ਅਸੀਂ ਰੁੱਖ ਲਾਉਂਦੇ, ਸਾਂਝੀ ਥਾਵਾਂ 'ਤੇ ਜਿੱਥੇ ਚਾਰਦੀਵਾਰੀ ਹੁੰਦੀ ਹੈ ਅਤੇ ਪਾਣੀ ਦੇਣ ਦਾ ਪ੍ਰਬੰਧ ਹੁੰਦਾ, ਉੱਥੇ ਅਸੀਂ ਰੁੱਖ ਲਾ ਕੇ ਆਉਂਦੇ ਹਾਂ। ਔਰ ਸਾਨੂੰ 7 ਸਾਲ ਹੋ ਗਏ ਆ ਇਹ ਸੇਵਾ ਨਿਭਾਉਂਦੇ ਹਾਂ। ਸਰ ਰਾਜਵੀਰ ਸਿੰਘ ਜੀ ਜਿਹੜੇ ਨੇ ਸਾਡੇ ਇਸ ਟੀਮ ਦੇ ਜਿਹੜੇ ਨੇ ਹੈੱਡ ਨੇ, ਅਤੇ ਇਹ ਜਿਸ ਗਰਮੀ ਦੇ ਵਿੱਚ, ਜਿਸ ਹੁੰਮਸ ਵਿੱਚ, ਬਾਬਾ ਜੀ ਦੀ ਬਰਸੀ ਹੁੰਦੀ ਹੈ ਸਾਡੀ ਬਰਸਾਤਾਂ ਦੇ ਮੌਸਮ 'ਚ, ਅਤੇ ਹੁੰਮਸ ਵੀ ਰੱਜ ਕੇ ਹੁੰਦੀ ਹੈ, ਅਤੇ ਜਿਉਂ ਸਵੇਰੇ 7 ਵਜੇ ਸਾਡੀ ਟੀਮ ਜਿਹੜੀ ਹੈ ਰੁੱਖ ਲਾਉਣ ਜਾਂਦੀ ਹੈ, ਸਿਰਫ ਇਸ ਕਰਕੇ ਕਿਸੇ ਸਰਬੱਤ ਦਾ ਭਲਾ ਕਰ ਸਕੀਏ। ਇਹ ਸਰਬੱਤ ਦੇ ਭਲੇ ਵਾਸਤੇ ਸਾਰੀਆਂ ਥਾਵਾਂ 'ਤੇ ਪਿੰਗਲ, ਪਹਿਲਾਂ ਅਸੀਂ ਜਿਹੜੇ ਰੁੱਖ ਸੀ ਅਸੀਂ ਫੋਰੈਸਟ ਡਿਪਾਰਟਮੈਂਟ ਤੋਂ ਮੂਹਰੇ ਲੈ ਕੇ ਅਤੇ ਫ੍ਰੀ ਲਾ ਕੇ ਆਉਂਦੇ ਸੀ, ਹੁਣ ਕਿਉਂਕਿ ਸਾਨੂੰ ਬੜੀ ਦਿੱਕਤ ਆਈ, ਫੋਰੈਸਟ ਡਿਪਾਰਟਮੈਂਟ ਵਾਲੇ ਸਾਨੂੰ ਕਦੇ ਗੁਰਦਾਸਪੁਰ ਭੇਜਦੇ, ਕਦੇ ਪਠਾਨਕੋਟ ਭੇਜ ਦਿੰਦੇ। ਇਸ ਕਰਕੇ ਪਿੰਗਲਾ ਸੰਸਥਾ ਨੇ ਆਪਣੀ ਨਰਸਰੀ ਤਿਆਰ ਕੀਤੀ ਹੈ, ਜਿੱਥੋਂ ਰੁੱਖ ਅਸੀਂ ਅੱਜ ਮਾਨਾ ਵਾਲੇ ਸਕੂਲ ਦੇ ਵਿੱਚ ਪ੍ਰਿੰਸੀਪਲ ਮਨਦੀਪ ਕੌਰ ਦੀ ਅਗਵਾਈ ਦੇ ਵਿੱਚ ਇੱਥੇ ਰੁੱਖ ਲਗਾਏ ਨੇ। ਔਰ ਇਹਨਾਂ ਨੇ ਭਰੋਸਾ ਦਵਾਇਆ ਕਿ ਅਸੀਂ ਇਹਨਾਂ ਦਾ ਜਿਹੜਾ ਰੱਖਿਆ ਕਰਾਂਗੇ, ਸੰਭਾਲਾਂਗੇ। ਇਸ ਕਰਕੇ ਬਹੁਤ ਖੁਸ਼ੀ ਹੈ, ਅਤੇ ਮੈਨੂੰ ਖੁਸ਼ੀ ਹੋਈ ਕਿ ਮੈਂ ਵਿਦਿਆਰਥੀਆਂ ਨਾਲ ਜਦੋਂ ਗੱਲ ਕੀਤੀ ਕਿ ਰੁੱਖਾਂ ਦੇ ਕੀ ਫਾਇਦੇ ਨੇ, ਅਤੇ ਕਾਫੀ ਸਾਰੇ ਵਿਦਿਆਰਥੀਆਂ ਨੂੰ ਉਹਦੀ ਜਾਣਕਾਰੀ ਸੀ। ਇਸੇ ਤਰ੍ਹਾਂ ਹੀ ਸਾਰੇ ਸਕੂਲਾਂ ਵਿੱਚ ਜਿਹੜੇ ਵਿਦਿਆਰਥੀ ਨੇ ਇਹਦੇ ਬਾਰੇ ਗਿਆਨ ਰੱਖਣ, ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਇੱਥੇ ਆ ਕੇ ਮੈਨੂੰ ਬੜਾ ਅੱਛਾ ਲੱਗਦਾ, ਸਕੂਲ ਵਿੱਚ ਜਦੋਂ ਬੱਚਿਆਂ ਨੂੰ ਮਿਲੀਦਾ ਤਾਂ ਆਪਣਾ ਬਚਪਨ ਮੈਨੂੰ ਯਾਦ ਆ ਜਾਂਦਾ। ਅੱਜ ਮੈਂ ਬਹੁਤ ਧੰਨਵਾਦੀ ਹਾਂ ਪ੍ਰਿੰਸੀਪਲ ਅਤੇ ਸਟਾਫ ਦੇ, ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਆਪਣੇ ਕੀਮਤੀ ਸਮੇਂ ਵਿੱਚੋਂ, ਅਤੇ ਡਾਕਟਰ ਸ਼੍ਰੀ ਗੋਪਾਲ ਕਾਬਰਾ ਜੀ ਸਾਡੇ ਨਾਲ ਆਏ ਨੇ, ਉਹ ਆਪ ਜੀ ਨਾਲ ਹੁਣ ਆਪਣੇ ਗਿਆਨ ਦੇ ਮੁਤਾਬਕ ਤੁਹਾਡੇ ਨਾਲ ਸਾਂਝਾ ਕਰਨਗੇ।